ਆਮ ਆਦਮੀ ਪਾਰਟੀ ਦੀ ਪੀੜ੍ਹੀ ਦਿਨੋਂ ਦਿਨ ਹੋਰ ਡੁੱਬਦੀ ਨਜ਼ਰ ਆ ਰਹੀ ਹੈ। ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਅਰਜਨ ਐਵਾਰਡੀ ਰਿਟਾਇਰਡ SP ਸੱਜਣ ਸਿੰਘ ਚੀਮਾ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ। ਦੱਸ ਦੇਈਏ ਕਿ ਸੱਜਣ ਸਿੰਘ ਪਿਛਲੀ ਵਿਧਾਨ ਸਭਾ ਚੋਣ ਸਮੇਂ ਆਪ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਸਨ। ਸੁਖਬੀਰ ਸਿੰਘ ਬਾਦਲ ਨੇ ਸੱਜਣ ਸਿੰਘ ਚੀਮਾ ਦਾ ਪਾਰਟੀ ਵਿੱਚ ਆਉਣ 'ਤੇ ਸਵਾਗਤ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਸੱਜਣ ਸਿੰਘ ਚੀਮਾ ਤੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਕਾਰਨ ਪੁੱਛਣ ਉੱਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਵਰਗੀ ਕਾਤਲ ਪਾਰਟੀ ਨਾਲ ਸਮਝੌਤਾ ਕਰ ਰਹੀ ਹੈ, ਜਿਸ ਕਰਕੇ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਮੈਂ ਆਮ ਆਦਮੀ ਪਾਰਟੀ ਦੀ ਬੜੀ ਰੱਜ ਕੇ ਸੇਵਾ ਕੀਤੀ, ਪਰ ਜਦੋਂ ਇੱਕ ਪਾਰਟੀ ਆਪਣੇ ਅਸੂਲਾਂ ਤੋਂ ਪਰੇ ਹੋ ਜਾਂਦੀ ਹੈ, ਕਾਂਗਰਸ ਵਰਗੀ ਜਿਹੜੀ ਕਾਤਲ ਪਾਰਟੀ ਹੈ ਉਹਦੇ ਨਾਲ ਸਮਝੌਤਾ ਕਰਦੀ ਹੈ, ਅਤੇ ਮੇਰੇ ਖਿਆਲ 'ਚ ਸਾਨੂੰ ਤਾਂ ਕੋਈ ਉਹਨਾਂ ਦਾ ਮਨਜ਼ੂਰ ਨਹੀਂ ਹੈ ਇਹੋ ਜਿਹਾ ਫੈਸਲਾ। ਦੂਸਰਾ, ਜਿਹੜੀ ਪੰਜਾਬ ਦੀ ਸਾਡੀ ਸੀਨੀਅਰ ਲੀਡਰਸ਼ਿਪ ਹੈ, ਖੇਰੂ ਖੇਰੂ ਹੋ ਕੇ ਉਹ ਤਿੰਨਾਂ ਹਿੱਸਿਆਂ 'ਚ ਵੰਡੀ ਗਈ ਹੈ, ਔਰ ਮੈਂ ਇਹ ਸਮਝਦਾ ਕਿ ਜਿਹੜੇ ਹੁਣੀ ਇੱਕਮੁੱਠ ਹੋ ਕੇ ਨਹੀਂ ਚੱਲ ਸਕਦੇ, ਔਰ ਸਾਡੇ ਵਰਗੇ ਜਿਹੜੇ ਇੰਨਾ ਕੰਮ ਕਰਨ ਵਾਲੇ, ਇੰਨੀ ਮਿਹਨਤ ਕਰਨ ਵਾਲੇ, ਲੋਕਾਂ ਦੀ ਸੇਵਾ ਕਰਨ ਵਾਲੇ ਲੋਕ ਜਿਹੜੇ ਨੇ, ਉਹਨਾਂ ਨੂੰ ਇਹਨਾਂ ਦੇ ਕਰਕੇ ਸਫ਼ਰ ਕਰਨਾ ਪਏ, ਅਤੇ ਮੈਂ ਇਹਨਾਂ ਕਾਰਨਾਂ ਕਰਕੇ ਜਿਹੜੀ ਪਾਰਟੀ ਛੱਡੀ ਹੈ। ਬਾਕੀ ਸ਼੍ਰੋਮਣੀ ਅਕਾਲੀ ਦਲ ਸਾਡੇ ਜਿਹੜੇ ਖਾਨਦਾਨੀ ਅਸੀਂ ਅਕਾਲੀ ਸੀਗੇ, ਔਰ ਮੈਂ ਬਾਦਲ ਪਰਿਵਾਰ ਦੇ ਨਾਲ ਉੱਥੇ ਰਿਹਾ ਵਾਂ। ਤਕਰੀਬਨ 7-8 ਸਾਲ ਜਿਹੜੀ ਹੈ ਉਸ ਇਲਾਕੇ ਦੇ ਵਿੱਚ ਮੈਂ ਬਤੌਰ DSP SP ਰਿਹਾ ਵਾਂ, ਔਰ ਜਿਸ ਤਰੀਕੇ ਨਾਲ ਜਿਹੜਾ ਇੱਕ ਮੇਰਾ ਸ਼ੌਂਕ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ, ਬੁਰਾਈਆਂ ਤੋਂ ਬਚਾ ਕੇ ਖੇਡਾਂ ਦੇ ਮੈਦਾਨਾਂ 'ਚ ਲਿਆਉਂਦਾ ਜਾਵੇ, ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਲਿਆਉਂਦਾ ਜਾਵੇ, ਉਹ ਮੇਰੀ ਇੱਛਾ ਇਹਨਾਂ ਨੇ ਪੂਰੀ ਕੀਤੀ। ਔਰ ਜਿੰਨੇ ਵੀ ਮੈਂ ਕਦੇ ਫੰਡ ਮੰਗੇ, ਕੋਈ ਮੈਂ ਸਪੋਰਟਸ ਆਫਿਸਰ ਨਹੀਂ ਸੀਗਾ, ਸਪੋਰਟਸ ਨਾ ਇਹ ਨਹੀਂ ਹੈ ਕਿ ਮੇਰੀ ਕੋਈ ਡਿਊਟੀ ਸੀਗੀ, ਪਰ ਬਤੌਰ DSP SP ਮੈਂ ਇੱਕ ਸੋਸ਼ਲ ਕੰਮ ਕਰਨ ਦਾ ਜਿਹੜਾ ਮੇਰਾ ਇੱਕ ਜਜ਼ਬਾ ਸੀਗਾ, ਜਿਹੜਾ ਇੱਕ ਸ਼ੌਂਕ ਸੀਗਾ, ਉਹਨੂੰ ਇਹਨਾਂ ਨੇ ਪੂਰਾ ਕੀਤਾ ਸੀਗਾ, ਔਰ ਰੱਜ ਕੇ ਪੈਸੇ ਦਿੱਤੇ। ਉੱਥੋਂ ਇੰਨੇ ਚੰਗੇ ਚੰਗੇ ਸਪੋਰਟਸਮੈਨ ਨਿਕਲੇ, ਉਹਦਾ ਰਿਜ਼ਲਟ ਇਹ ਮਿਲਿਆ, ਔਰ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਹੋਏ, ਔਰ ਇੱਕ ਸਪੋਰਟਸਮੈਨ NBA ਤੱਕ ਪਹੁੰਚਿਆ, ਜਿੱਥੇ ਕਿ ਕਰੋੜਾਂ ਰੁਪਏ ਉਹਨਾਂ ਨੂੰ ਇੱਕ ਸਾਲ ਦਾ ਮਿਲਦੇ ਨੇ। ਸੋ ਇਹੋ ਜਿਹਾ ਜਿਹੜਾ ਮੇਰਾ ਸ਼ੌਂਕ ਹੈ, ਮੈਂ ਸਮਝਦਾ ਕਿ ਇੱਕ ਮੈਨੂੰ ਇਹ ਬੜਾ ਚੰਗਾ ਪਲੇਟਫਾਰਮ ਮਿਲਿਆ, ਮੈਨੂੰ ਬਹੁਤ ਖੁਸ਼ੀ ਹੈ ਕਿ ਇੱਕ ਚੰਗਾ ਪਲੇਟਫਾਰਮ ਮਿਲਿਆ ਜਿੱਥੇ ਮੈਂ ਆਪਣਾ ਜੋ ਮੇਰੀ ਸੋਸ਼ਲ ਕੰਮ ਕਰਨ ਦੀ ਇੱਕ ਇੱਛਾ, ਨੌਜਵਾਨਾਂ ਪ੍ਰਤੀ ਸੇਵਾ ਕਰਨ ਦੀ, ਉਹਨਾਂ ਨੂੰ ਸੰਭਾਲਣ ਦੀ ਜਿਹੜੀ ਇੱਕ ਮੇਰੀ ਇੱਛਾ, ਉਹ ਮੇਰੀ ਪੂਰੀ ਹੋਈ ਹੈ। ਇਸ ਕਰਕੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਇਹ ਪਾਰਟੀ ਹੈ, ਕਮ ਸੇ ਕਮ ਸਥਾਪਿਤ ਪਾਰਟੀ ਹੈ, ਔਰ ਇਹਨਾਂ ਨਾਲ ਮੇਰੇ ਬਹੁਤ ਹੀ ਚੰਗੇ ਅਤੇ ਨਜ਼ਦੀਕੀ ਸੰਬੰਧ ਨੇ। ਉਹਨਾਂ ਦਾ ਮੈਂ ਪੂਰਾ ਫਾਇਦਾ ਲੈ ਕੇ ਇਸ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਹੈ, ਉਹਨੂੰ, ਉਹਨਾਂ ਦੀ ਜਵਾਨੀ ਨੂੰ, ਉੱਥੇ ਦੇ ਲੋਕਾਂ ਨੂੰ ਮੈਂ ਸੇਵਾ ਕਰਾਂਗਾ, ਔਰ ਜਿੰਨੀ ਵੱਧ ਤੋਂ ਵੱਧ ਮੈਂ ਹੋ ਸਕਿਆ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰਾਂਗਾ। ਸੁਲਤਾਨਪੁਰ ਲੋਧੀ ਤੋਂ ਜਸਵਿੰਦਰ ਸਿੰਘ, ਸੁਰਖਾਬ TV।